ਤੇ ਸੱਚ ਨੂੰ ਰੋਕ ਨਹੀਂ ਸਕਦੇ। ਆਮੇਨ। ਕੀ ਹੁੰਦਾ ਫਿਰ? ਝੂਠੀ ਭਗਤੀ ਹੈ, ਔਰ ਜੋ ਝੂਠੀ ਭਗਤੀ ਹੈ ਉਹ ਸਜ਼ਾ ਹੈ। ਕਿਆ ਇਹਨੇ ਝੂਠੀ ਭਗਤੀ ਕੀਤੀ? ਕਿਆ ਇਹਨੇ ਕਿਹਾ ਕਿ ਮੇਰਾ ਧਰਮ ਸੱਚਾ ਹੈ? ਕਿਆ ਇਹਨੇ ਕਿਹਾ ਫਿਰ ਕੀ ਆ ਪਰਮੇਸ਼ਵਰ ਦੀ ਭਗਤੀ ਕਰਦੇ ਜਿੱਦਾਂ ਮਰਜ਼ੀ ਕਰੋ? ਲੇਕਿਨ ਹਾਬਲ ਨੇ ਕਿਹਾ ਨਹੀਂ, ਪਰਮੇਸ਼ਵਰ ਦੇ ਕੋਲ ਜਾਣ ਲਈ ਇੱਕ ਵਿਸ਼ੇਸ਼ ਸਪੈਸੀਫਿਕ ਤਰੀਕਾ ਹੈ। ਆਮੇਨ। ਕਿਸੇ ਨੂੰ ਠੇਸ ਨਾ ਪਹੁੰਚਾਓ, ਕਿਸੇ ਨੂੰ ਕੁਛ ਨਾ ਕਹੋ, ਸਾਰੇ ਧਰਮ ਬਰਾਬਰ ਆ, ਜਿਹੜਾ ਜਿੱਦਾਂ ਮਨ ਦਾ ਮੰਨਣ ਦਿਓ। ਇਹੀ ਬਹਿਸ ਉਹਨਾਂ ਦੀ ਹੋਈ ਸੀ, ਔਰ ਇੱਕ ਬੰਦੇ ਨੇ ਭਗਤੀ ਦਾ ਕਰਕੇ ਦੂਜੇ ਭਗਤੀ ਕਰਨ ਵਾਲੇ ਨੂੰ ਮਾਰ ਦਿੱਤਾ, ਇੱਕ ਭਗਤ ਨੇ, ਕਿਉਂਕਿ ਉਹਦੀ ਭਗਤੀ ਨਹੀਂ ਸਵੀਕਾਰ ਹੋਈ, ਔਰ ਦੂਜੇ ਨੂੰ ਉਹਨੇ ਮਾਰਿਆ। ਪਹਿਲਾ ਖੂਨ ਜੋ ਧਰਤੀ ਉੱਤੇ ਹੋਇਆ ਭਗਤੀ ਦਾ ਚੱਕਰ ਸੀ। ਐਂਡ ਤੇ ਜੋ ਦੁਨੀਆ ਇੰਨੀ ਮਰਨੀ ਭਗਤੀ ਦਾ ਚੱਕਰ। ਸੋ ਇਹ ਤੋਂ ਇਹ ਪਤਾ ਲੱਗਦਾ ਕਿ ਪਰਮੇਸ਼ਵਰ ਝੂਠੀ ਭਗਤੀ ਬਰਦਾਸ਼ਤ ਨਹੀਂ ਕਰਦਾ। ਔਰ ਇੱਕ ਇਹ ਪਤਾ ਲੱਗਦਾ ਕਿ ਝੂਠੀ ਭਗਤੀ ਉਹ ਕਰਦਾ ਜਿਹਦਾ ਝੂਠਾ ਜਨਮ ਹੈ। ਕਾਇਨ ਦਾ ਪੈਦਾ ਹੋਣਾ ਗਲਤ ਏਕਤਾ ਦੇ ਰਾਹੀਂ ਸੀ, ਔਰ ਗਲਤ ਏਕਤਾ ਗਲਤ ਜਨਮ ਨੂੰ ਲੈ ਕੇ ਆਈ। ਔਰ ਜਦ ਤੱਕ ਤੁਹਾਡਾ ਜਨਮ ਠੀਕ ਨਹੀਂ ਹੈ, ਤੁਹਾਨੂੰ ਪ੍ਰਕਾਸ਼ਨ ਨਹੀਂ ਮਿਲ ਸਕਦਾ। ਵਚਨ ਦਾ ਪ੍ਰਕਾਸ਼ਨ ਸਮਝਣ ਦੇ ਲਈ ਇੱਕ ਨਵਾਂ ਔਰ ਠੀਕ ਜਨਮ ਹੋਣਾ ਜ਼ਰੂਰੀ ਹੈ। ਹਾਲੇਲੂਇਆ। ਪਹਿਲੇ ਇੱਕ ਜਨਮ ਚਾਹੀਦਾ ਹੈ, ਫਿਰ ਤੁਹਾਨੂੰ ਵਚਨ ਸਮਝ ਆਵੇਗਾ, ਨਹੀਂ ਤਾਂ ਫਿਰ ਤੁਸੀਂ ਆਪਣੇ ਵਿਚਾਰ ਆਪਣੇ ਆਈਡੀਏ ਜੋ ਦਿਲ ਕਰਦਾ ਉਹੀ ਕਰੋਗੇ, ਜਿੱਦਾਂ ਚੱਲ ਹੀ ਰਿਹਾ ਅੱਜ ਕੱਲ੍ਹ। ਔਰ ਕੋਈ ਆਪੇ ਪਾਸਟਰ ਬਣ ਜਾਂਦਾ, ਕੋਈ ਆਪੇ ਕੁਛ ਕਰਨ ਲੱਗ ਪੈਂਦਾ। ਲੋਕ ਆ ਕਿ ਦੌੜ ਦੌੜਨਾ ਰਲ ਜਾਂਦੇ, ਸਮਝਦੇ ਨਹੀਂ ਕਿ ਕਿੰਨੀ ਭਿਆਨਕ ਸਜ਼ਾ ਆ ਔਰ ਕਿੰਨਾ ਔਖਾ ਕੰਮ ਆ। ਆਮੇਨ। ਭਾਈਓ, ਬਾਈਬਲ ਦੱਸਦੀ ਕਿ ਕਈ ਲੋਕ ਨਾਸ਼ਵਾਨ ਤੁਖਮ ਤੋਂ ਪੈਦਾ ਹੋਏ ਆ, ਪਰ ਸਾਡੇ ਬਾਰੇ ਲਿਖਿਆ ਅਸੀਂ ਅਵਿਨਾਸ਼ੀ ਤੁਖਮ ਤੋਂ ਪੈਦਾ ਹੋਏ ਆ। ਹਾਲੇਲੂਇਆ। ਔਰ ਜਿਹਨੇ ਅਵਿਨਾਸ਼ੀ ਬੀਜ ਤੋਂ ਪੈਦਾ ਹੋਏ ਹਨ, ਉਹ ਸਭ ਵਚਨ ਦੀ ਸੰਤਾਨ ਹਨ, ਵਚਨ ਦੇ ਲਈ ਖੜੇ ਹੋਣਗੇ। ਹਾਲੇਲੂਇਆ। ਵਚਨ ਦੇ ਲਈ ਖੜੇ ਹੋਣਗੇ। ਆਮੇਨ। ਤੇ ਦੇਖਿਆ ਇਸ ਰਾਹ ਨੂੰ ਮੁੱਢ ਨੂੰ ਸ਼ੁਰੂ ਤੋਂ ਹੀ ਪਰਮੇਸ਼ਵਰ ਉਤਪਤ ਤੋਂ ਲੈ ਕੇ ਝੂਠੀ ਭਗਤੀ ਨੂੰ ਰਿਜੈਕਟ ਕਰਦਾ ਆ।